ਕਿਵੇਂ ਤੁਸੀਂ ਅੱਜ ਉਰੇ ਪਹੁੰਚੇ ਹੋ ਧਰਨੇ ਦੇ ਵਿੱਚ ਤੇ ਕੀ ਲੱਗ ਰਿਹਾ ਮੈਡਮ ਸਰਕਾਰ ਮੰਗਾਂ ਮੰਨੂਗੀ? ਬਿਲਕੁਲ ਜੀ, ਪਹਿਲਾਂ ਸਾਡੇ ਬਜ਼ੁਰਗ ਬੈਠੇ ਸੀ ਧਰਨਿਆਂ ਦੇ ਉੱਤੇ ਤੇ ਅੱਜ ਸਾਰੇ ਨੌਜਵਾਨ ਸੜਕਾਂ ਦੇ ਉੱਤੇ ਆਏ ਆ। ਮੈਨੂੰ ਲੱਗਦਾ ਹੈ ਕਿ ਜਿਹੜੇ ਨੌਜਵਾਨ ਜਦੋਂ ਕਿਸੇ ਸੰਘਰਸ਼ ਦੇ ਵਿੱਚ ਸ਼ਾਮਿਲ ਹੋ ਜਾਂਦੇ ਆ ਤੇ ਫਿਰ ਕਿਤੇ ਨਾ ਕਿਤੇ ਹੋਰ ਦੁੱਗਣਾ ਜੋਸ਼ ਹੋ ਜਾਂਦਾ ਤੇ ਸਾਡੇ ਨੌਜਵਾਨਾਂ ਨੂੰ ਨਾਲ ਆਉਣ ਦੀ ਜ਼ਰੂਰਤ ਸੀ ਕਿਉਂਕਿ ਸਾਡੇ ਨੌਜਵਾਨ ਭਵਿੱਖ ਹੈ ਸਾਡਾ ਤੇ ਅੱਜ ਸਾਰੇ ਨੌਜਵਾਨ ਨਾਲ ਹੈ, ਪੰਜਾਬ ਦੀਆਂ ਧੀਆਂ ਨਾਲ ਹੈ ਤੇ ਕਿਉਂਕਿ ਮੈਨੂੰ ਸਾਡੇ ਘਰਾਂ ਦੇ ਵਿੱਚ ਸਾਨੂੰ ਇਹੀ ਸਿਖਾਇਆ ਗਿਆ ਕਿ ਨਾ ਤਾਂ ਕੋਈ ਮੁੰਡਾ ਅਤੇ ਕੁੜੀ ਇਹਦੇ 'ਚ ਕੋਈ ਫਰਕ ਨਹੀਂ ਹੁੰਦਾ। ਸੋ ਅਸੀਂ ਧੀਆਂ ਸਾਨੂੰ ਧੀਆਂ ਨੂੰ ਵੀ ਪੁੱਤਾਂ ਵਾਂਗੂ ਪਾਲਿਆ ਅਤੇ ਅਸੀਂ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਸਾਡੇ ਬਜ਼ੁਰਗਾਂ ਦੇ ਨਾਲ ਲਾ ਕੇ ਖੜ੍ਹੇ ਹਾਂ ਅਤੇ ਉਹਨਾਂ ਨੂੰ ਜਿੱਥੇ ਸਾਡੀ ਲੋੜ ਹੋਊਗੀ ਅਸੀਂ ਨਾਲ ਰਹਾਂਗੇ ਜਦੋਂ ਤੱਕ ਉਹਨਾਂ ਨੂੰ ਉਹਦੇ ਹੱਕ ਨਹੀਂ ਅਸੀਂ ਦਵਾ ਦਿੰਦੇ ਕਿਉਂਕਿ ਅਸੀਂ ਆਪ ਹੀ ਕਿਸਾਨ ਪਰਿਵਾਰਾਂ ਨਾਲ ਸੰਬੰਧਿਤ ਹਾਂ ਅਤੇ ਸਾਡੇ ਵੀ ਬਜ਼ੁਰਗ ਸਾਡੇ ਵੀ ਚਾਚੇ ਤਾਏ ਸਾਰੇ ਵਾਹੀ ਕਰਦੇ ਆ ਅਤੇ ਉਹਨਾਂ ਦੇ ਘਰ ਵੀ ਇਸੇ ਨਾਲ ਹੀ ਚੱਲਦੇ ਆ। ਸੋ ਇਹ ਸਾਡੀ ਆਪਣੀ ਪੀੜ ਆ, ਜਦੋਂ ਤੱਕ ਇਹਨਾਂ ਸਾਡੇ ਹੱਕ ਅਸੀਂ ਆਪ ਨਹੀਂ ਲੈ ਲੈਂਦੇ, ਸਾਡੇ ਸਾਰੇ ਵੀਰਾਂ ਨੂੰ ਸਾਡੇ ਬਜ਼ੁਰਗਾਂ ਨੂੰ ਨਹੀਂ ਦਵਾ ਦਿੰਦੇ ਅਸੀਂ ਉਦੋਂ ਤੱਕ ਬੈਠਾਂਗੇ ਨਹੀਂ ਚੁੱਪ ਕਰਕੇ। ਤੁਸੀਂ ਮੈਡਮ ਮਾਨਸਾ ਵੀ ਬਹੁਤ ਵੱਡਾ ਧਰਨਾ ਹੋਇਆ ਸੀ, ਮਾਨਸਾ ਨਹੀਂ ਦੇਖੇ ਕੀ ਗੱਲ? ਮਾਨਸਾ ਮੈਂ ਸ਼ੰਭੂ ਬਾਰਡਰ ਗਈ ਸੀ ਜੀ। ਅੱਛਾ, ਉਦੋਂ ਸ਼ੰਭੂ ਬਾਰਡਰ ਤੁਸੀਂ ਨਹੀਂ ਆਏ ਸੀ ਉੱਥੇ? ਨਹੀਂ ਮੈਡਮ, ਅਸੀਂ ਮਾਨਸਾ ਸੀ। ਫਿਰ ਤੁਸੀਂ ਮਾਨਸਾ ਸੀ, ਮੈਂ ਸ਼ੰਭੂ ਸੀ, ਸਾਡਾ ਮੇਲ ਨਹੀਂ ਹੋਇਆ ਪਰ ਮੈਂ ਆਪਣੀ ਹਾਜ਼ਰੀ ਸ਼ੰਭੂ ਬਾਰਡਰ ਲਵਾ ਕੇ ਆਈ ਹਾਂ। ਅਤੇ ਮੈਡਮ ਕਿਵੇਂ ਹੁਣ ਤੁਹਾਨੂੰ ਨਹੀਂ ਲੱਗਦਾ ਵੀ ਹੁਣ ਇਕੱਠੇ ਹੋਣ ਦੀ ਲੋੜ ਆ? ਸਾਰੇ ਅੱਡੋ ਅੱਡ ਕਿਵੇਂ ਧਰਨੇ ਹੋ ਰਹੇ ਨੇ, ਥੋੜ੍ਹੇ ਜਿਹੇ ਕਿਤੇ ਥੋੜ੍ਹੇ ਜਿਹੇ ਕਿਤੇ, ਤੁਹਾਨੂੰ ਨਹੀਂ ਲੱਗਦਾ? ਬਿਲਕੁਲ, ਦੇਖੋ ਇੱਕ ਸ਼ੁਰੂਆਤੀ ਪੱਧਰ 'ਤੇ ਇਸ ਚੀਜ਼ ਦੀ ਲੋੜ ਸੀਗੀ। ਸਾਰੇ ਜਿੰਨੇ ਸਾਡੇ ਕਲਾਕਾਰ, ਜਿੰਨੇ ਸਾਡੇ ਆਰਟਿਸਟ ਭਰਾ ਹੈਗੇ ਆ, ਸਾਰਿਆਂ ਨੇ ਆਪਣੇ ਆਪਣੇ ਜਿੰਨੇ ਵੀ ਪਿੰਡ ਸ਼ਹਿਰ ਹੈਗੇ ਸਾਂਭੇ ਆ, ਹੁਣ ਇੱਕ ਵਾਰ ਉਹਨਾਂ ਨੇ ਆਪਣੇ ਲੈਵਲ 'ਤੇ ਇਕੱਠ ਇਕੱਠਾ ਕਰ ਲਿਆ। ਹੁਣ ਜਿਹੜਾ ਹੈਗਾ ਨੈਕਸਟ ਜਿਹੜਾ ਸਾਡਾ ਲੈਵਲ ਹੈਗਾ, ਨੈਕਸਟ ਜਿਹੜੀ ਪਲੈਨਿੰਗ ਹੈਗੀ ਹੈ, ਅਸੀਂ ਇੱਕੋ ਪੱਧਰ 'ਤੇ ਸਾਰੇ ਇਕੱਠੇ ਹੋਵਾਂਗੇ, ਇੱਕੋ ਹੀ ਪਲੈਟਫਾਰਮ 'ਤੇ ਇਕੱਠੇ ਹੋਵਾਂਗੇ। ਆਹ ਜਿਹੜੇ ਅਲੱਗ ਅਲੱਗ ਖਿੱਤਿਆਂ ਦੇ ਵਿੱਚ ਇਕੱਠੇ ਹੋਣ ਨਾਲੋਂ ਅਸੀਂ ਇੱਕੋ ਥਾਂ ਅਸੀਂ ਡਿਸਾਈਡ ਕਰਾਂਗੇ ਜਿੱਥੇ ਅਸੀਂ ਸਾਰੇ ਇਕੱਠੇ ਹੋਵਾਂਗੇ। ਮੈਨੂੰ ਲੱਗਦਾ ਕਿ ਜਦੋਂ ਅਸੀਂ ਦਿੱਲੀ ਨੂੰ ਕੂਚ ਕਰਾਂਗੇ, ਦਿੱਲੀ ਦੇ ਰਾਹ ਨੂੰ ਅਸੀਂ ਜਾਵਾਂਗੇ, ਉਦੋਂ ਦਿੱਲੀ ਸਰਕਾਰ, ਕੇਂਦਰ ਸਰਕਾਰ ਦੀਆਂ ਜਿਹੜੀਆਂ ਅੱਖਾਂ ਨੇ ਖੁੱਲ੍ਹਣਗੀਆਂ, ਕੰਨ ਖੁੱਲ੍ਹਣਗੇ। ਸੋ ਅਗਲੀ ਜਿਹੜੀ ਸਾਡੀ ਟਾਰਗੇਟ ਹੈਗਾ ਉਹ ਦਿੱਲੀ ਆ। ਮੈਡਮ, ਸਿੱਧੂ ਬਾਈ ਦੇ ਅਗਵਾਈ ਹੇਠ ਮਾਨਸਾ ਹੀ ਬਹੁਤ ਵੱਡਾ ਇਕੱਠ ਹੋਇਆ, ਰਾਤ ਵੀ ਉਹਨਾਂ ਨੇ ਅਪੀਲ ਕਰੀ ਕਿ ਉਰੇ ਇਕੱਠੇ ਹੋ। ਪਹਿਲਾਂ ਕਿਸੇ ਵੀ ਸਿੰਗਰ ਨੇ ਇੰਨਾ ਜ਼ਿਆਦਾ ਮਤਲਬ ਕਿਸਾਨਾਂ ਕਨੀ ਧਿਆਨ ਨਹੀਂ ਦਿੱਤਾ, ਸਿੱਧੂ ਬਾਈ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ ਵੀ ਇਹ ਬਿੱਲ ਕੈਂਸਲ ਕਰਵਾਇਆ ਜਾ ਸਕੇ, ਕਿਵੇਂ ਦੇਖਦੇ ਹੋ? ਦੇਖੋ, ਜਿਹੜਾ ਬੰਦਾ ਜ਼ਮੀਨ ਨਾਲ ਜੁੜਿਆ ਹੁੰਦਾ ਉਹ ਇੰਨੇ ਵੱਡੇ ਪੱਧਰ 'ਤੇ ਪਹੁੰਚ ਗਿਆ ਹੈ ਨਾ ਸਿੱਧੂ, ਅਤੇ ਅੱਜ ਦੁਨੀਆ ਔਰ ਯੂਥ ਉਹਨੂੰ ਸੁਣਦਾ ਹੈ ਅਤੇ ਅੱਜ ਉਹਦਾ ਫਰਜ਼ ਬਣਦਾ ਸੀ, ਉਹਨਾਂ ਨੇ ਬਖੂਬੀ ਆਪਣਾ ਫਰਜ਼ ਨਿਭਾਇਆ। ਹਰ ਇੱਕ ਆਰਟਿਸਟ, ਹਰ ਇੱਕ ਕਲਾਕਾਰ ਆਪਣੇ ਆਪਣੇ ਲੈਵਲ 'ਤੇ ਵਧੀਆ ਕੰਮ ਕਰ ਰਿਹਾ ਔਰ ਜਿਹਨੂੰ ਯੂਥ ਸੁਣਦਾ ਹੈ, ਜਿਹਨੂੰ ਲੋਕ ਫੋਲੋ ਕਰਦੇ ਆ, ਉਹਦਾ ਫਰਜ਼ ਬਣਦਾ ਔਰ ਬਹੁਤ ਸੋਹਣੇ ਤਰੀਕੇ ਨਾਲ ਉਹਨਾਂ ਨੇ ਫਰਜ਼ ਨਿਭਾਇਆ ਆਪਣਾ, ਔਰ ਇਸ ਗੱਲ ਦੀ ਉਹਨਾਂ ਨੂੰ ਵਧਾਈ ਆ। ਜਿੰਨੇ ਵੀ ਕਲਾਕਾਰ ਨੇ ਆਪਣੇ ਆਪਣੇ ਲੈਵਲ 'ਤੇ ਸਾਰੇ ਆਪਣੇ ਸੋਸ਼ਲ ਮੀਡੀਆ 'ਤੇ ਵੀ ਕੰਮ ਕਰ ਰਹੇ ਸੀ, ਪਰ ਅੱਜ ਸਾਨੂੰ ਸਾਰਿਆਂ ਨੂੰ ਜ਼ਮੀਨੀ ਪੱਧਰ 'ਤੇ ਇਕੱਠੇ ਹੋਣ ਦੀ ਲੋੜ ਹੈ ਔਰ ਅਸੀਂ ਅੱਜ ਸਾਰੇ ਇੱਕ ਸੱਦੇ 'ਤੇ ਇੱਥੇ ਪਹੁੰਚੇ ਹਾਂ। ਬਾਕੀ ਮੈਨੂੰ ਲੱਗਦਾ ਸਾਰਿਆਂ ਨੂੰ ਹੁਣ ਸਾਰੀਆਂ ਚੀਜ਼ਾਂ ਭੁੱਲ ਕੇ ਇੱਕ ਹੋਣ ਦੀ ਲੋੜ ਹੈ। ਜਿੱਥੇ ਤੱਕ ਰਹੀ ਨਾਰਿਆਂ ਦੀ ਗੱਲ, ਜਦੋਂ ਵੀ ਕੋਈ ਮੁਹਿੰਮ ਸਟਾਰਟ ਹੁੰਦੀ ਆ, ਕੋਈ ਸੰਘਰਸ਼ ਸ਼ੁਰੂ ਹੁੰਦਾ, ਉੱਥੇ ਨਾਰੇ ਬਹੁਤ ਸਾਰੇ ਹੁੰਦੇ ਨੇ, ਉੱਥੇ ਇੱਕ ਨਾਰਾ ਨਹੀਂ ਹੁੰਦਾ, ਉੱਥੇ 10-15 ਬਹੁਤ ਸਾਰੇ ਨਾਰੇ। ਤੁਸੀਂ ਸਾਗਰ ਸੰਘਰਸ਼ਾਂ ਦਾ ਹਿੱਸਾ ਬਣੇ ਹੋ ਤਾਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੋਊਗਾ ਅਤੇ ਅਸੀਂ ਜਿਹੜੀ ਸੋਸ਼ਲ ਮੀਡੀਆ 'ਤੇ ਲੜਾਈ ਵੇਖ ਰਹੇ ਹਾਂ, ਇੱਕੋ ਨਾਰਾ ਰੱਖੋ, ਇੱਕੋ ਨਾਰਾ ਰੱਖੋ, ਉਹਨੇ ਵੱਖਰਾ ਨਾਰਾ ਬਣਾਤਾ, ਉਹਨੇ ਵੱਖਰਾ ਨਾਰਾ। ਮੈਨੂੰ ਲੱਗਦਾ ਇਸ ਲੜਾਈਆਂ ਦੇ ਵਿੱਚੋਂ ਨਿਕਲ ਕੇ ਅਸੀਂ ਜਿਹੜਾ ਸਾਡਾ ਮੇਨ ਮੁੱਦਾ ਹੈਗਾ, ਸਾਡਾ ਮੇਨ ਨਾਰਾ ਤਾਂ ਕਿਸਾਨਾਂ ਦੇ ਲਈ ਆ, ਸਾਨੂੰ ਕਿਸਾਨਾਂ ਦੇ ਲਈ ਖੜ੍ਹੇ ਹੋਣਾ ਚਾਹੀਦਾ। ਆਪਸੀ ਲੜਾਈਆਂ ਨੂੰ ਇੱਕ ਵਾਰੀ ਭੁੱਲ ਕੇ ਸਾਨੂੰ ਆਪਣੇ ਬਜ਼ੁਰਗਾਂ ਦੇ ਨਾਲ, ਕਿਸਾਨਾਂ ਦੇ ਨਾਲ, ਭਰਾਵਾਂ ਦੇ ਨਾਲ ਖੜ੍ਹੇ ਹੋਣਾ ਚਾਹੀਦਾ। ਧੰਨਵਾਦ ਰੁਪਿੰਦਰ ਮੈਡਮ ਗੱਲਬਾਤ ਕਰੋ।